ਨਾਨਕ ਦੇਵ ਜੀ ਦੇ 974 ਸ਼ਬਦ ਨੇ, ਗੁਰੂ ਅੰਗਦ ਦੇਵ ਜੀ ਦੇ 63 ਸਲੋਕ ਨੇ, ਗੁਰੂ ਅਮਰਦਾਸ ਜੀ ਦੇ 869 ਸ਼ਬਦ ਨੇ, ਗੁਰੂ ਰਾਮਦਾਸ ਜੀ ਦੇ 638 ਸ਼ਬਦ ਨੇ, ਗੁਰੂ ਅਰਜਨ ਦੇਵ ਜੀ ਦੇ 2312 ਸ਼ਬਦ ਨੇ। ਪੱਟਾਂ ਦੇ ਸਵਾਈਏ ਸੁੰਦਰ ਦੀ ਸੱਦ ਸੱਤੇ ਬਲਵੰਡ ਦੀ ਵਾਰ, ਔਰ 15 ਭਗਤਾਂ ਦੀ ਬਾਣੀ 972 ਸ਼ਬਦ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 116 ਸ਼ਬਦ ਨੇ, 57 ਸਲੋਕ ਦੋਹਰੇ ਔਰ ਉਹਨਾਂ ਦੇ 59 ਸ਼ਬਦ। ਏਡਾ ਵੱਡਾ ਸੰਗ੍ਰਹਿ ਇਸ ਵਾਸਤੇ ਹੈ ਕਿ ਸਿੱਖ ਗਿਆਨਵਾਨ ਹੋਵੇ, ਇਸ ਨਾਲ ਕੋਈ ਧੋਖਾ ਨਾ ਕਰ ਸਕੇ। ਸਿੱਖ ਇੰਨਾ ਗਿਆਨਵਾਨ ਹੈ, ਕਿਸੇ ਭਰਮ 'ਚ ਨਹੀਂ ਫਸਦਾ, ਕਿਸੇ ਪਖੰਡ ਵਿੱਚ ਨਹੀਂ ਫਸਦਾ, ਇਸ ਨਾਲ ਕੋਈ ਧੋਖਾ ਨਹੀਂ ਕਰ ਸਕਦਾ। ਮੈਨੂੰ ਯਾਦ ਆਉਂਦੀ ਇੱਕ ਗੱਲ, ਟ੍ਰੇਨ ਵਿੱਚ ਸਾਂ, ਦਿੱਲੀ ਤੋਂ ਜਲੰਧਰ ਨੂੰ ਆਉਣਾ ਸੀ, ਇੱਕ ਆ ਪਹੁੰਚਿਆ ਹੱਥ ਵੇਖਣ ਵਾਲਾ, ਉੱਥੇ ਵੀ ਪਹੁੰਚ ਗਏ। ਅੰਮ੍ਰਿਤਧਾਰੀ ਗੁਰਸਿੱਖ ਵੀਰ ਦਾ ਹੱਥ ਫੜ ਲਿਆ, ਕਹਿਣ ਲੱਗਾ ਮੈਂ ਤੈਨੂੰ ਦੱਸਾਂਗਾ ਤੇਰਾ ਭਵਿੱਖ ਅੱਗੋਂ ਕੀ ਆਉਣ ਵਾਲਾ, ਤੂੰ ਕਿੱਥੇ ਕਿੱਥੇ ਜਾਣਾ। ਝਟਕਾ ਦੇ ਕੇ ਉਹਨੇ ਛੁਡਾ ਲਿਆ। ਕਹਿਣ ਲੱਗਾ ਕੜਾ ਨਹੀਂ ਵੇਖਦਾ, ਜਿਹੜਾ ਹੱਥ ਮੈਂ ਦਸ਼ਮੇਸ਼ ਨੂੰ ਪਕੜਵਾਇਆ ਕਿਸੇ ਹੋਰ ਨੂੰ ਦੇਣ ਵਾਸਤੇ ਤਿਆਰ ਨਹੀਂ, ਇਹ ਹੱਥ ਗੁਰੂ ਗੋਬਿੰਦ ਸਿੰਘ ਨੇ ਫੜਿਆ ਤੇ ਮੈਨੂੰ ਉਹਨਾਂ ਪਹਿਲੇ ਦਿਨ ਹੀ ਦੱਸ ਦਿੱਤਾ, ਤੈਨੂੰ ਪੁੱਛਣ ਦੀ ਲੋੜ ਨਹੀਂ। ਉਹਨਾਂ ਨੇ ਕਿਹਾ ਕਿਸੇ ਜੋਤਸੀ ਕੋਲ ਜਾਣ ਦੀ ਲੋੜ ਨਹੀਂ। ਮੈਂ ਸ੍ਰੀ ਰਾਗ ਦਾ ਇੱਕ ਸ਼ਬਦ ਤੁਹਾਨੂੰ ਸੁਣਾ ਦਿਆਂ। ਕਹਿਣ ਲੱਗੇ ਜਿੰਨੀਆਂ ਗ੍ਰਾਹੀਆਂ ਖਾਣੀਆਂ ਨੇ ਪਹਿਲੇ ਲਿਖੀਆਂ ਨੇ, ਜਿੰਨੇ ਸਵਾਸ ਲੈਣੇ ਨੇ ਪਹਿਲੇ ਲਿਖੇ ਨੇ, ਜੋ ਦੁੱਖ ਸੁੱਖ ਹੈ ਪਹਿਲੇ ਲਿਖਿਆ, ਜਿੰਨਾ ਤੁਰਨਾ ਉਹ ਕਦਮ ਲਿਖੇ ਹੋਏ ਨੇ। ਮੈਂ ਕਿਸੇ ਨੂੰ ਪੁੱਛਣ ਕਿਉਂ ਜਾਵਾਂ, ਜਦੋਂ ਪ੍ਰਮਾਤਮਾ ਨੇ ਹੀ ਸਭ ਕੁਝ ਪਹਿਲੇ ਕਰ ਦਿੱਤਾ ਹੈ, ਗੁਰੂ ਨੇ ਕਹਿ ਦਿੱਤਾ ਜੋ ਹੋਣਾ ਉਹੀ ਹੋਣਾ, ਤੇ ਮੈਂ ਤੇਰੇ ਕੋਲੋਂ ਕੀ ਪੁੱਛਾਂ, ਭਵਿੱਖ ਦੱਸਾਂਗਾ। ਕਹਿਣ ਲੱਗੇ ਭਵਿੱਖ ਟਾਲ ਦੇਂਗਾ, ਜੋ ਹੋਆ ਹੋਵਤ ਸੋ ਜਾਣਾ, ਪ੍ਰਭ ਆਪਣੇ ਕਾ ਹੁਕਮ ਪਛਾਣ, ਲਿਖ ਹੈ ਬੋਲਣ ਬੋਲਣਾ, ਲਿਖ ਹੈ ਖਾਣਾ ਖਾਓ, ਲਿਖੇ ਵਾਟ ਚਲਾਈਏ ਲਿਖੇ ਸਾਲ ਵਹਾਓ। ਕਹਿੰਦੇ ਨੇ ਜੇਕਰ ਇਹ ਸਭ ਕੁਝ ਲਿਖੇ ਚ ਹੈ, ਲਿਖ ਹੈ ਬੋਲਣ ਬੋਲਣਾ, ਲਿਖ ਹੈ ਖਾਣਾ ਖਾਓ, ਲੇਖੇ ਵਾਟ ਚਲਾਈਏ ਲੇਖੇ ਸੁਣ ਵਿਖਾਓ, ਲੇਖੇ ਸਾਂ ਲਵਾਈਏ ਪੜ੍ਹੇ ਕੇ ਪੁੱਛਣ ਜਾਓ। ਪੜਿਆਂ ਨੂੰ ਪੁੱਛਣ ਵਾਸਤੇ ਕੀ ਜਾਵਾਂ, ਮੈਨੂੰ ਗੁਰੂ ਨੇ ਗਿਆਨ ਦੇ ਦਿੱਤਾ। ਸੁਣ ਮੁੰਦੇ ਹਰ ਨਾਖੀਏ ਗੂੜਾ ਵਹਿਣ ਅਪਾਰ, ਪਹਿਲਾਂ ਵਸਤ ਸੰਜਾਣ ਕੇ ਤਉ ਕੀਚੈ ਵਪਾਰ, ਮੈਂ ਤੇ ਪਾਰਖੂ ਹਾਂ ਖੁੱਲੇ ਹੱਟ ਹੋਆ ਵਪਾਰ, ਜੋ ਪਹੁੰਚੇ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ। ਧਰਮ ਦਲਾਲ ਨਿਸ਼ਾਨ ਲਾਈ ਜਾਂਦਾ ਕਿਹੜਾ ਕਿਹੜਾ ਕਰਮ ਕੀਤਾ। ਜੋ ਤੁਸੀਂ ਵੇਖਿਆ, ਬੜੇ ਧਿਆਨ ਵਾਲੇ ਬਚਨ ਹੁਣ ਸਰਵਣ ਕਰਨੇ, ਜੋ ਅਸੀਂ ਵੇਖਿਆ ਧਰਮ ਨੇ ਉਸੇ ਵੇਲੇ ਨਿਸ਼ਾਨ ਲਾ ਦਿੱਤਾ, ਬੁਰਾ ਵੇਖਿਆ ਜਾਂ ਭਲਾ। ਜੋ ਕਰਮ ਕੀਤਾ ਧਰਮ ਨੇ ਉਸੇ ਵੇਲੇ ਨਿਸ਼ਾਨ ਲਾ ਦਿੱਤਾ, ਭਲਾ ਕਿ ਬੁਰਾ ਕਿਹੜੇ ਖਾਤੇ 'ਚ ਪੈਣਾ ਉਹਨੇ ਪਾ ਦਿੱਤਾ। ਜੋ ਬੋਲੇ ਹੋ ਧਰਮ ਦਲਾਲ ਪਾਏ ਨਿਸ਼ਾਨ। ਕਰਮ ਤਿੰਨ ਪ੍ਰਕਾਰ ਦੇ, ਜੋ ਸੋਚਦੇ ਹੋ ਉਹ ਵੀ ਕਰਮ। ਦੁਨੀਆਂ ਦੀ ਅਦਾਲਤ ਸੋਚਣ ਨੂੰ ਕਰਮ ਨਹੀਂ ਮੰਨਦੀ, ਉੱਥੇ ਕਰਮ ਨੂੰ ਕਰਮ ਮੰਨਦੀ ਹੈ, ਪਰ ਧਰਮ ਜਿਹੜਾ ਹੈ ਕਰਮ ਮੰਨਦਾ। ਜੋ ਸੋਚਿਆ ਬੁਰਾ ਕਿ ਭਲਾ ਉਹ ਵੀ ਨਿਸ਼ਾਨ ਪਿਆ, ਜੋ ਬਚਨ ਬੋਲਿਆ ਜ਼ੁਬਾਨ ਨਾਲ ਇਹ ਵੀ ਕਰਮ, ਜੋ ਹੱਥਾਂ ਨਾਲ ਕੀਤਾ ਉਹ ਵੀ ਕਰਮ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ। ਨਾਮ ਦਾ ਲਾਹਾ ਪ੍ਰਵਾਨ, ਲਾਹਾ ਤੇ ਬਹੁਤ ਬੰਦਾ ਖੱਟਦਾ, ਪਰ ਕੁਛ ਲਾਹੇ ਐਸੇ ਨੇ ਜਿਹੜੇ ਅੰਤ ਮਿੱਟੀ ਹੋ ਜਾਂਦੇ। ਥੋੜ੍ਹਾ ਜਿਹਾ ਇਸ਼ਾਰਾ ਉਸ ਪਾਸੇ ਕਰਦੇ ਹਾਂ।
ਕਹਿਤ ਕਬੀਰ ਤੇਈ ਨਰ ਭੁੱਲੇ, ਖਸਮ ਬਿਸਾਰ ਮਾਟੀ ਸੰਗ ਰੂਲੇ। ਹੁਕਮ ਰਜ਼ਾਈ ਸਾਖਤੀ ਦਰਗਹ ਸੱਚ ਕਬੂਲ, ਸਾਹਿਬ ਲੇਖਾ ਮੰਗਸੇ ਦੁਨੀਆ ਦੇਖ ਨਾ ਭੂਲ। ਜਾਗ ਜਾਈ ਸੁਚੇਤ ਹੋ ਜਾਈਏ, ਸਾਨੂੰ ਪਛਾਣਨਾ ਆ ਜਾਏ ਸਾਡਾ ਮਿੱਤਰ ਕੌਣ ਹੈ, ਸਾਡਾ ਦੁਸ਼ਮਣ ਕੌਣ ਹੈ, ਅੰਦਰ ਸਾਡਾ ਮਿੱਤਰ ਕੌਣ ਹੈ। ਸਤ ਸੰਤੋਖ ਦਇਆ ਧਰਮ ਧੀਰਜ ਤੁਹਾਡੇ ਮਿੱਤਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਿੱਖ ਦੇ ਦੁਸ਼ਮਣ ਨੇ, ਆਸਾ ਤ੍ਰਿਸ਼ਨਾ ਈਰਖਾ ਦਵੈਸ਼ ਇਹ ਦੁਸ਼ਮਣ ਨੇ, ਲੇਕਿਨ ਨਾਲ ਦਇਆ ਆਦਿਕ ਪ੍ਰੇਮ ਆਦਿਕ ਇਹ ਜਿੰਨੇ ਗੁਣ ਨੇ ਸਾਰੇ ਸਾਡੇ ਮਿੱਤਰ ਨੇ। ਦੋ ਤਰ੍ਹਾਂ ਦੇ ਧਨ ਨੇ, ਜਾਣਕਾਰ ਹੋਈਏ ਕੱਚਾ ਧਨ ਕਿਹੜਾ ਤੇ ਸੱਚਾ ਧਨ ਕਿਹੜਾ। ਕੱਚਾ ਧਨ ਉਹ ਜੋ ਜੀਵਨ ਨੂੰ ਕਚਿਆਈ ਨਾਲ ਭਰ ਦੇਵੇ, ਕੱਚਾ ਧਨ ਉਹ ਜਿਹੜਾ ਮਿੱਤਰਾਂ 'ਤੇ ਵੀ ਸ਼ੱਕ ਪਾਏ। ਸੱਚ ਜੇ ਧਨ ਕੋਲ ਹੋਵੇ ਨਾ ਤੇ ਕੋਲ ਬੈਠੇ 'ਤੇ ਵੀ ਸ਼ੱਕ ਪੈਂਦਾ, ਭਾਵੇਂ ਕੋਈ ਹੋਵੇ ਕਿਤੇ ਲੋਟੀ ਨਾ ਰਵੇ ਮੈਨੂੰ, ਪਰ ਸੱਚਾ ਧਨ ਹੋਵੇ ਤਾਂ ਸ਼ੱਕ ਮੁੱਕ ਜਾਂਦਾ ਕਿਉਂਕਿ ਲੁੱਟਿਆ ਨਹੀਂ ਜਾਂਦਾ। ਸੱਚਾ ਧਨ ਕਿਹੜਾ ਹੈ, ਪੱਕਾ ਧਨ ਕਿਹੜਾ ਹੈ ਅਤੇ ਕੱਚਾ ਕਿਹੜਾ, ਇੰਝ ਕਹਿੰਦੇ ਹਾਂ ਸੌਖਾ ਜਿਹਾ ਢੰਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੱਚਾ ਧਨ ਹੈ ਅਤੇ ਅੱਗੇ ਰੱਖ ਕੇ ਜੋ ਮੱਥਾ ਟੇਕਦੇ ਉਹ ਕੱਚਾ ਧਨ ਹੈ, ਪਰ ਚੱਲਦਾ ਇਹਦੇ ਬਿਨਾਂ ਵੀ ਨਹੀਂ। ਸੰਸਾਰ ਕੱਚਾ, ਕੱਚਾ ਕੱਚੇ ਨਾਲ ਹੀ ਚੱਲਣਾ, ਨਹੀਂ ਤਾਂ ਨਾ ਗੋਲਕਾਂ ਰੱਖਦੇ ਨਾ ਤਾਲੇ ਲਾਉਂਦੇ। ਗੁਰੂਆਂ ਦੇ ਵੇਲੇ ਇਹ ਸਿਲਸਿਲਾ ਚੱਲਦਾ ਰਿਹਾ, ਜੋ ਅੱਗੇ ਰੱਖਿਆ ਮੱਥਾ ਟੇਕ ਦਿੱਤਾ ਕੱਚਾ, ਜੋ ਵਿੱਚ ਹੈ ਉਹ ਪੱਕਾ। ਪਰ ਬੰਦਾ ਕਰਦਾ ਇਹ ਹੈ ਮੰਗਦਾ ਫਿਰ ਕੱਚਾ, ਇਹੋ ਗੱਲ ਨਾ ਪਾਰਖੂ ਨਹੀਂ। ਇਹ ਕੀ ਕਰਦਾ ਹੈ, ਕਹਿੰਦਾ ਦਸ ਰੱਖਿਆ ਅਤੇ ਜੇ ਕਿਤੇ ਇਹਦਾ 10 ਲੱਖ ਬਣਾ ਦੇਵੇ ਨਾ ਤੇਰਾ ਬਹੁਤ ਬਹੁਤ ਧੰਨਵਾਦ। ਉਹ ਵਿੱਚ ਜਿਹੜਾ ਪੱਕਾ ਉਹ ਤਾਂ ਲੈਂਦਾ ਨਹੀਂ, ਅੱਗੇ ਜੋ ਰੱਖਿਆ ਕਹਿੰਦਾ ਇਹਨੂੰ ਵਧਾ। ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਵਧਾ ਵੀ ਦਿੱਤਾ ਚਲੋ ਮੰਨ ਲਿਆ, ਵੱਧ ਵੀ ਗਿਆ ਅੰਤ ਸਾਥ ਇਹਨੇ ਤੇਰਾ ਦੇਣਾ ਨਹੀਂ। ਇੱਕ ਬੜੀ ਪਿਆਰੀ ਕਥਾ ਮੈਨੂੰ ਯਾਦ ਆਈ, ਬੜੀ ਪ੍ਰੇਰਨਾ ਦੇਵੇਗੀ। ਇੱਕ ਨੌਜਵਾਨ ਨੂੰ ਰੋਜ਼ਾਨਾ ਇੱਕ ਸੁਪਨਾ ਆਏ ਔਰ ਸੁਪਨਾ ਵੀ ਕਮਾਲ, ਅਤੇ ਉਹ ਬੜਾ ਦੁਖੀ ਹੋ ਗਿਆ ਸੁਪਨੇ ਨਾਲ। ਇੱਕ ਫਕੀਰ ਕੋਲ ਗਿਆ, ਕਹਿਣ ਲੱਗਾ ਬਾਬਾ ਜੀ ਇੱਕ ਸੁਪਨੇ ਨੇ ਬੜਾ ਦੁਖੀ ਕੀਤਾ। ਕਹਿਣ ਲੱਗੇ ਕੀ ਇਹ ਕਿਹੜਾ ਸੁਪਨਾ? ਕਹਿਣ ਲੱਗਾ ਮਹੀਨਾ ਹੋ ਗਿਆ ਰੋਜ਼ ਉਹੋ ਹੀ ਆਉਂਦਾ, ਜਾ ਕੇ ਕਹਿਣਾ ਐਵੇਂ ਸੁਪਨੇ 'ਚ, ਫਿਰ ਮੰਨ ਲੈਂਦਾ ਕਿ ਠੀਕ ਹੈ ਸੁਪਨੇ 'ਚ ਅਸੀਂ ਮੰਨ ਲੈਂਦੇ ਹਾਂ ਠੀਕ ਹੈ। ਕਹਿਣ ਲੱਗੇ ਦੱਸ, ਮੈਂ ਅੱਜ ਅਰਦਾਸ ਕਰ ਦੇਣਾ ਇਹ ਸੁਪਨਾ ਤੈਨੂੰ ਨਾ ਆਵੇ, ਤੂੰ ਦੱਸ ਪਹਿਲੇ। ਕਹਿਣ ਲੱਗਾ ਜੀ ਸੁਪਨਾ ਇਹ ਹੈ ਕਿ ਅਚਾਨਕ ਵੇਖਣਾ ਤੇ ਵੱਡੇ ਵੱਡੇ ਨੋਟ ਢੇਰ ਲੱਗਾ, ਤੇ ਮੈਂ ਕਹਿੰਦਾ ਬਦਕਿਸਮਤੀ ਅੱਜ ਚਾਦਰ ਵੀ ਨਹੀਂ ਮੋਢੇ ਤੇ ਰੱਖੀ ਅੱਗੇ ਲੈ ਕੇ ਆਉਂਦਾ, ਜੇ ਅੱਜ ਹੁੰਦੀ ਤੇ ਪੰਡ ਬਣਦਾ ਸਾਰੀ ਉਮਰ ਨਹੀਂ ਸਨੇ ਮੁੱਕਣੇ, ਨੋਟ ਲੈ ਜਾਂਦਾ ਹੋਰ ਤੇ ਕੁਝ ਨਾ ਵੇਖਿਆ, ਪੱਗ ਹੀ ਲਾਈ ਘੱਟੋ ਘੱਟ ਇਹਦੇ 'ਚ ਹੀ ਪੰਡ ਬੰਨਾ ਜਿੰਨੀ ਕੁ ਬਚਦੀ ਹੈ। ਉਹ ਕਹਿੰਦਾ ਇੰਨੇ ਚਿਰ ਨੂੰ ਵਾਪ ਰੋਲਾ ਆਉਂਦਾ ਸਾਰੇ ਉੱਡ ਜਾਂਦੇ ਨੇ, ਇੱਕ ਵੀ ਥੱਲੇ ਨਹੀਂ। ਮੈਂ ਕਹਿੰਦਾ ਕੋਈ ਤਾਂ ਡਿੱਗੇਗਾ, ਮਗਰ ਮਗਰ ਦੌੜਨਾ ਸਾਰੇ ਉੱਡ ਗਿਆ, ਮੈਂ ਹੀ ਡਿੱਗ ਪੈਂਦਾ ਹਾਰ ਕੇ। ਕਹਿੰਦੇ ਜਾ ਖੁੱਲ ਜਾਂਦੀ ਮਹੀਨਾ ਹੋ ਗਏ। ਕਹਿਣ ਲੱਗੇ ਅੱਜ ਅਰਦਾਸ ਕਰ ਦਿੰਦੇ ਹਾਂ ਕਿ ਇਹ ਸੁਪਨਾ ਅੱਜ ਤੋਂ ਬਾਅਦ ਤੈਨੂੰ ਨਾ ਆਵੇ। ਕਹਿਣ ਲੱਗਾ ਨਾ 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 ਇਹ ਨਾ ਕਰਿਓ। ਕੀ ਕਰੀਏ? ਕਹਿਣ ਲੱਗਾ ਇਹ ਕਰੋ ਕਿ ਵਾਪ ਰੋਲਾ ਨਾ ਆਵੇ, ਸੁਪਨਾ ਤੇ ਆਵੇ ਵਾਪ ਰੋਲਾ ਨਾ ਆਵੇ, ਉੱਡਣ ਨਾ। ਉਹਨੇ ਬੜੀ ਸੁੰਦਰ ਗੱਲ ਕਹੀ। ਉਹ ਕਹਿਣ ਲੱਗਾ ਕਮਲਿਆ ਨਾ ਵੀ ਆਏ ਜਾਗੇਗਾ ਫਿਰ ਖਾਲੀ ਰਹਿ ਜਾਏਗਾ, ਕਿਉਂਕਿ ਸੁਪਨੇ ਦਾ ਜਿਉਂ ਸੁਪਨੇ ਹੋਏ ਬੈਸਤ ਰਾਜਾ
ਨੇਤਰ ਪਸਾਰਾ ਤਾਂ ਨਿਰਾਰਥ ਕਾ ਜਾ, ਹਾਂ ਜਾਗਦਿਆਂ ਕੀ ਸੁਪਨੇ ਚ ਕੀ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਾਣੇ ਸ਼ਬਦ ਲੈ ਲਵੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲ। ਪਾਤਸ਼ਾਹ ਨੇ ਕਿਹਾ ਜਮ ਸਾਹਮਣੇ ਹੋਵੇਗਾ, ਡਰ ਕੇ ਜਮ ਭੱਜ ਜਾਏਗਾ, ਤੈਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਸ਼ਬਦ ਤੇਰੇ ਨਾਲ ਹੋਵੇਗਾ। ਮੈਂ ਉਹ ਪੰਕਤੀ ਤੁਹਾਨੂੰ ਸੁਣਾ ਦਿਆਂ, ਅਫਰਿਓ ਜਿਹੜਾ ਬੜਾ ਹੰਕਾਰੀ ਹੋਵੇ ਉਹਨੂੰ ਕਹਿੰਦੇ ਆ ਅਫਰਿਆ ਬੋਲਦਾ, ਜਮ ਜਿਹੜਾ ਬਹੁਤ ਹੰਕਾਰੀ। ਅਫਰਿਓ ਜਮ ਮਾਰਿਆ ਨਾ ਜਾਈ, ਇਹ ਅਫਰਿਆ ਹੋਇਆ ਜਮ ਹੰਕਾਰੀ ਸਾਡੇ ਕੋਲੋਂ ਨਹੀਂ ਮਾਰਿਆ ਜਾਣਾ। ਪਰ ਗੁਰੂ ਦੇ ਸ਼ਬਦ ਵਿੱਚ ਇਹ ਬਰਕਤ ਹੈ, ਗੁਰ ਕਾ ਸ਼ਬਦ ਹੈ ਨੇੜ ਨਾ ਆਈ, ਸ਼ਬਦ ਸੁਣੇ ਤਾਂ ਦੂਰੋਂ ਭਾਗਾ, ਮਤ ਮਾਰੇ ਹਰ ਜੀ ਉਹ ਵੇ ਪ੍ਰਵਾਹ ਹੈ। ਦੂਰੋਂ ਭੱਜਦਾ ਕਿ ਵੇ ਪ੍ਰਵਾਹ ਪ੍ਰਭੂ ਮੈਨੂੰ ਮਾਰੇਗਾ, ਕਿ ਸ਼ਬਦ ਵਾਲੇ ਦੇ ਕੋਲ ਤੂੰ ਕਿਉਂ ਗਿਆ। ਸੱਚਾ ਧਨ ਹੈ ਗੁਰੂ ਦਾ ਸ਼ਬਦ, ਪਰ ਬੰਦਾ ਕਰਦਾ ਕਿ ਕਾਚਾ ਧਨ ਸੰਚਾ ਹੈ ਮੂਰਖ ਗਵਾਰ। ਪਵ ਜਲ ਡੂਬੈ ਨਾ ਉਰ ਵਾਰ ਨਾ ਪਾਰ, ਬਿਖਿਆ ਕਹਿ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਜਿਨ੍ਹਾਂ ਨੂੰ ਸੱਚੇ ਧਨ ਦੀ ਕਦਰ ਆ ਗਈ, ਪਰਖ ਆ ਗਈ, ਉਹਨਾਂ ਇੱਕ ਗੱਲ ਕਹੀ। ਭਾਈ ਨੰਦ ਲਾਲ ਸਾਹਿਬ ਦਾ ਇੱਕ ਬਚਨ ਯਾਦ ਆਇਆ, ਗੁਰਦੇਵ ਕਹਿੰਦੇ ਨੇ ਮੈਂ ਤੈਨੂੰ ਨੰਦ ਲਾਲ ਅੱਜ ਦੌਲਤ ਦੇਣੀ ਚਾਹੁੰਦਾ। ਕਹਿਣ ਲੱਗੇ ਦਿਓ, ਝੋਲੀ ਅੱਗੇ ਕਰ ਦਿੱਤੀ। ਕਹਿਣ ਲੱਗੇ ਦਿਓ ਪਰ ਜਿਹੜੀ ਲੋਕ ਪ੍ਰਲੋਕ ਨਾਲ ਜਾਏ, ਇੱਥੇ ਹੀ ਨਾ ਰਹਿ ਜਾਏ, ਦਿਓ ਦੌਲਤਿਆਂ ਦੇ ਕੇ ਬਾਸ਼ਦ ਪਾਏਦਾਰ, ਪਾਏਦਾਰ ਦੌਲਤ ਦਿਓ ਮੈਨੂੰ, ਉਹ ਧਨ ਦਿਓ ਸੱਚਾ ਧਨ, ਦੌਲਤਿਆਂ ਦੇ ਕੇ ਬਾਸ਼ਦ ਪਾਏਦਾਰ, ਤੀਨਤਿਆਂ ਦੇ ਕੇ ਬਾਸ਼ਦ ਹੱਕ ਗੁਜ਼ਾਰ, ਮੈਨੂੰ ਸੁਭਾਅ ਉਹ ਦਿਓ ਹਰ ਵੇਲੇ ਰੱਬ ਯਾਦ ਆਉਂਦਾ ਰਹੇ। ਇਹ ਦਿਲੇ ਬਿਰਯਾਨ ਨੇ ਮਾਰਾ ਸ਼ੌਕ ਦੇ, ਫਾਰਸੀ ਚ ਬਿਰਯਾਨ ਕਹਿੰਦੇ ਨੇ ਸੜੇ ਭੁਜੇ ਨੂੰ, ਕਹਿੰਦੇ ਨੇ ਦਿਲ ਤੇ ਸੜਿਆ ਭੁਜਿਆ ਪਿਆ ਇਹਨੂੰ ਸ਼ੌਕ ਦੇ। ਅੰਮ੍ਰਿਤ ਵੇਲੇ ਆਵੇ ਬੱਧਾ ਚੱਟੀ ਨਾ ਭਰਾਂ ਕਿ ਉੱਠਣਾ ਹੀ ਪੈਣਾ, ਨਹੀਂ ਚਾਹ ਨਾਲ ਉੱਠਾਂ, ਇਸ਼ਨਾਨ ਚਾਹ ਨਾਲ ਕਰਾਂ, ਬਾਣੀ ਚਾਹ ਨਾਲ ਪੜਾਂ, ਨਿਤਨੇਮ ਚਾਹ ਨਾਲ ਕਰਾਂ, ਔਰ ਸੇਵਾ ਵੀ ਕਰਾਂ ਤੇ ਚਾਹ ਨਾਲ ਕਰਾਂ। ਈਂਦਲੇ ਬਿਰਯਾਨ ਨੇ ਮਾਰਾ ਸ਼ੌਕ ਦੇ, ਦਰ ਗਲੂ ਅੰ ਬੰਦਗੀ ਰਾ ਤੌਕ ਦੇ, ਮੇਰੇ ਗਲ ਵਿੱਚ ਬੰਦਗੀ ਦਾ ਪਟਾ ਪਾ ਦੇ, ਮੈਨੂੰ ਕੋ ਅਵਾਰਾ ਕੂਕਰ ਨਾ ਆਖੇ। ਮੈਂ ਕੂਕਰ ਜ਼ਰੂਰ ਹਾਂ, ਤੇਰੇ ਦਰ ਦਾ ਹਾਂ, ਤੇਰੇ ਦਰ ਦਾ ਕੂਕਰ ਸਭ ਤੋਂ ਉੱਤਮ ਹੈ। ਦਾਤਿਆ ਕਿਰਪਾ ਕਰ ਆਪਣੇ ਦਰ ਦਾ ਕੂਕਰ ਬਣਾ। ਹਰ ਸਰੇ ਮੂੰਹ ਅੰਬ ਜ਼ੁਬਾਂ ਕੁਣ ਅਜ ਕਰਮ ਤਾਬ ਗੋਯਮ ਵਸਫੇ ਹਕਰਾ ਦਮ ਬਦਮ। ਮੇਰੇ ਜਿੰਨੇ ਸਰੀਰ ਦੇ ਰੋਮ ਨੇ ਸਾਰੇ ਜ਼ੁਬਾਨਾਂ ਬਣ ਜਾਣ, ਇਹਨਾਂ ਜ਼ੁਬਾਨਾਂ ਨਾਲ ਮੈਂ ਸਵਾਸ ਸਵਾਸ ਜਪਦਾ ਰਹਾਂ, ਇਹ ਮੇਰੇ ਤੇ ਕਿਰਪਾ ਕਰ। ਹੁਣ ਇਹਨਾਂ ਤੇ ਪਛਾਣ ਲਿਆ ਸੱਚਾ ਧਨ ਕਿਹੜਾ ਹੈ ਤੇ ਕੱਚਾ ਧਨ ਕਿਹੜਾ। ਜਿਨ੍ਹਾਂ ਨਹੀਂ ਪਛਾਣਿਆ ਉਹਨਾਂ ਦੀ ਗੱਲ ਵੀ ਆਪ ਨੂੰ ਸੁਣਾ ਦਿਆਂ। ਦਸ਼ਮੇਸ਼ ਪਿਤਾ ਸਨ ਮਲ ਵਿੱਚ, ਬਰਾੜਾਂ ਦੇ ਚਾਰ ਕਬੀਲੇ ਆਪਸ ਵਿੱਚ ਤੇ ਲੜਦੇ ਰਹਿੰਦੇ ਸਨ, ਪਰ ਗੁਰੂ ਸਾਹਿਬ ਦੇ ਚਾਰੇ ਹੀ ਸੇਵਕ ਸਨ। ਉਹ ਯਾਦ ਹੋਵੇਗਾ ਕਿਹੜੇ ਕਿਹੜੇ ਸਨ। ਇੱਕ ਦਾਨਾ ਬਰਾੜ ਅੰਮ੍ਰਿਤ ਛਕਿਆ ਦਾਨ ਸਿੰਘ ਬਣਿਆ, ਰਾਮ ਸਿੰਘ ਤਲੋਕ ਸਿੰਘ ਬਰਾੜ, ਕਪੂਰ ਸਿੰਘ ਬਰਾੜ ਤੇ ਚੌਥਾ ਡਲ ਸਿੰਘ ਬਰਾੜ, ਸਾਬੋ ਕੀ ਤਲਵੰਡੀ ਤੋਂ ਛੱਤੇ ਆਣੇ ਸਨ ਸਾਹਿਬ ਜੀ। ਤੇ ਦੋ ਕਮਾਲ ਘਟਨਾ ਇੱਥੇ ਘਟੀਆਂ। ਜਦੋਂ ਇੱਥੇ ਗਏ ਸਤਸੰਗ ਹੋਇਆ, ਇੱਕ ਫਕੀਰ ਮੁਸਲਮਾਨ ਉਹਦਾ ਨਾਂ ਸੀ ਇਬਰਾਹੀਮ,
ਇੰਨਾ ਪ੍ਰਭਾਵਿਤ ਹੋਇਆ ਕਿ ਉਹਨੇ ਅੰਮ੍ਰਿਤਪਾਨ ਕਰ ਲਿਆ। ਹਜ਼ਾਰਾਂ ਮਰੀਦ ਉਸਦੇ ਪਿੱਛੇ, ਮੁਸਲਮਾਨ ਪੀਰ ਨੇ ਅੰਮ੍ਰਿਤਪਾਨ ਕਰ ਲਿਆ। ਇਹ ਗੁਰੂ ਦੀ ਦਾਤ ਬੜੀ ਅਮੁੱਲ ਹੈ, ਜਿਉਂਦੇ ਜੀ ਇਹ ਪ੍ਰਾਪਤ ਕਰੋ। ਤੁਹਾਨੂੰ ਇੱਕ ਬੇਨਤੀ ਅੱਜ ਮੈਂ ਕਰ ਜਾਵਾਂ। ਪੁੱਛਦੇ ਨੇ ਅੰਮ੍ਰਿਤ ਕੀ? ਅੰਮ੍ਰਿਤ ਗੁਰੂ ਦੇ ਸਕੂਲ ਵਿੱਚ ਦਾਖਲਾ, ਇਹ ਸਮਝ ਲੈਣਾ ਐਡਮਿਸ਼ਨ ਹੈ। ਅਤੇ ਐਡਮਿਸ਼ਨ ਹੀ ਤਾਂ ਪੜ੍ਹੇਗਾ ਕੋਈ ਕੀ? ਕਹਿੰਦੇ ਨੇ ਅੰਮ੍ਰਿਤ ਛਕ ਲਿਆ ਜੀ, ਤਰ ਜਾਵਾਂਗਾ। ਇਹ ਤਰਨ ਦੀ ਐਡਮਿਸ਼ਨ ਹੈ, ਸਿੱਖਣਾ ਹੈ, ਤਰਨਾ ਸਿੱਖਣਾ ਹੈ ਆ ਕੇ। ਹੁਣ ਜਿਹੜਾ ਆਵੇ ਹੀ ਨਾ, ਗੁਰੂ ਨੂੰ ਹੱਥ ਹੀ ਨਾ ਫੜਾਏ, ਸਕੂਲ 'ਚ ਦਾਖਲਾ ਹੀ ਨਾ ਲਵੇ, ਅਤੇ ਤਰਨ ਦੀ ਸ਼ਰਤ ਪਹਿਲੇ ਹੀ ਲਾ ਲਵੇ, ਨਹੀਂ ਆ ਪਹਿਲੇ ਇਹ ਤਾਰਨ ਵਾਸਤੇ ਹੀ ਉਹਨੇ ਅੰਮ੍ਰਿਤਪਾਨ ਕੀਤਾ। ਉਸ ਦੇ ਮੁਰੀਦ ਜਿਹੜੇ ਸਨ ਉਹ ਕੱਲ੍ਹ ਬੜੀ ਕਮਾਲ, ਬੜੀ ਸਮਝਣ ਵਾਲੀ ਮੁਰੀਦ ਕਹਿਣ ਲੱਗੇ, ਪੀਰ ਜੀ ਅੱਜ ਤੱਕ ਹੱਜ ਤੁਹਾਡੇ ਪਿੱਛੇ ਜਾਂਦੇ ਰਹੇ, ਮੱਕੇ ਗਏ, ਨਮਾਜ਼ਾਂ ਪੜ੍ਹਦੇ ਰਹੇ, ਰੋਜ਼ੇ ਰੱਖਦੇ, ਤੁਸੀਂ ਕੀ ਕੀਤਾ? ਇਸਲਾਮ ਛੱਡ ਕੇ ਸਿੰਘ ਸੱਜ ਗਏ ਦਾ ਨਾਂ ਹੋਇਆ ਅਜਮੇਰ ਸਿੰਘ। ਇਹਨੇ ਜਿਹੜੀ ਗੱਲ ਕਹੀ ਉਹ ਧਿਆਨ ਨਾਲ ਸੁਣਿਓ। ਕਹਿਣ ਲੱਗਾ ਮੈਨੂੰ ਇੱਕ ਗੱਲ ਦੱਸੋ, ਇੱਕ ਬੰਦਾ ਆਪਣੇ ਧਾਰਮਿਕ ਗ੍ਰੰਥ ਦੀ ਝੂਠੀ ਕਸਮ ਪਾਏ, ਜਿਵੇਂ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਝੂਠੀ ਕਸਮ ਚੁੱਕੇ, ਮੁਸਲਮਾਨ ਕੁਰਾਨ ਦੀ ਝੂਠੀ ਚੁੱਕੇ, ਹਿੰਦੂ ਵੇਦ ਦੀ ਝੂਠੀ ਕਸਮ ਚੁੱਕੇ। ਕਹਿਣ ਲੱਗੇ ਦੂਸਰਾ ਬੰਦਾ ਭਰੋਸਾ ਕਰਕੇ, ਇੱਥੇ ਤੱਕ ਭਰੋਸਾ ਕਰੇ ਕਿ ਆਪਣਾ ਘਰ ਵੀ ਛੱਡ ਦੇਵੇ, ਸਭ ਕੁਝ ਹੀ ਉਹਦਾ ਨੁਕਸਾਨ ਹੋ ਜਾਏ, ਅਤੇ ਜਿਸ ਦਾ ਗ੍ਰੰਥ ਹੈ ਉਹ ਝੂਠੀ ਕਸਮ ਚੁੱਕੇ, ਦੋਵਾਂ 'ਚੋਂ ਚੰਗਾ ਕੌਣ ਹੋਇਆ? ਕਹਿਣ ਲੱਗੇ ਚੰਗਾ ਤਾਂ ਉਹੀ ਹੋਇਆ ਜਿਹਨੇ ਭਰੋਸਾ ਕੀਤਾ। ਕਹਿਣ ਲੱਗੇ ਔਰੰਗਜ਼ੇਬ ਨੇ ਮੁਸਲਮਾਨ ਹੁੰਦਿਆਂ ਕੁਰਾਨ ਦੀਆਂ ਝੂਠੀਆਂ ਕਸਮਾਂ ਚੁੱਕੀਆਂ, ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਕੁਰਾਨ ਗ੍ਰੰਥ ਤਾਂ ਨਹੀਂ, ਪਰ ਉਹਨਾਂ ਭਰੋਸਾ ਕਰਕੇ ਅਨੰਦਪੁਰ ਛੱਡ ਦਿੱਤਾ। ਦੱਸੋ ਮੈਨੂੰ ਕੁਰਾਨ ਦਾ ਸਤਿਕਾਰ ਗੁਰੂ ਗੋਬਿੰਦ ਸਿੰਘ ਨੇ ਕੀਤਾ ਕਿ ਔਰੰਗਜ਼ੇਬ ਨੇ ਕੀਤਾ? ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਨੇ ਕੀਤਾ। ਵੈਸੇ ਸਿੱਖ ਧਰਮ ਐਸਾ ਹੈ, ਇਹਨੂੰ ਕੋਈ ਧਿਆਨ ਨਾਲ ਵੇਖੇ ਤਾਂ ਸਹੀ, ਲੋਕ ਦੂਰੋਂ ਦੂਰੋਂ ਵੇਖਦੇ ਨੇ, ਨੇੜਿਓਂ ਆ ਕੇ ਨਹੀਂ ਵੇਖਦੇ। ਇਹ ਧਰਮ ਐਸਾ ਜਿਹੜਾ ਦੂਸਰੇ ਦੇ ਧਾਰਮਿਕ ਚਿੰਨ੍ਹਾਂ ਲਈ ਵੀ ਆਪਣਾ ਸਿਰ ਵਾਰ ਦਿੰਦਾ। ਕੋਈ ਤਿਲਕ ਨਹੀਂ ਸਨ ਲਾਉਂਦੇ, ਕੋਈ ਜੰਜੂ ਨਹੀਂ ਸਨ ਪਹਿਨਦੇ, ਪਰ ਕਿਹਾ ਸਿਰ ਦੇ ਦਿਆਂਗਾ। ਔਰੰਗਜ਼ੇਬ ਨੇ ਆਖਿਆ ਸਤਿਗੁਰੂ ਜੀ ਅਸੀਂ ਦੀਨ ਦੇ ਝੰਡੇ 'ਚ ਲਾ ਦਿਆਂਗੇ। ਗੁਰਾਂ ਨੇ ਆਖਿਆ ਸ਼ਾਹ ਜੀ ਵੇਖ ਲੈਣਾ, ਅਸੀਂ ਦੋਵਾਂ ਤੋਂ ਤਿੰਨ ਬਣਾ ਦਿਆਂਗੇ। ਔਰੰਗਜ਼ੇਬ ਨੇ ਆਖਿਆ ਮੰਦਰਾਂ 'ਚੋਂ ਅਸੀਂ ਗੁਰੂ ਜੀ ਜੋਤਾਂ ਬੁਝਾ ਦਿਆਂਗੇ। ਗੁਰਾਂ ਨੇ ਆਖਿਆ ਆਪਣਾ ਖੂਨ ਪਾ ਕੇ ਇੱਕ ਨਵੀਂ ਹੀ ਜੋਤ ਜਗਾ ਦਿਆਂਗੇ। ਔਰੰਗਜ਼ੇਬ ਨੇ ਆਖਿਆ ਦਿਨਾਂ ਅੰਦਰ ਅਸੀਂ ਸਭ ਦੇ ਜੰਜੂ ਲੁਹਾ ਦਿਆਂਗੇ। ਗੁਰਾਂ ਆਖਿਆ ਆਪਣੀਆਂ ਅੰਦਰਾਂ ਦਾ ਅਸੀਂ ਫਿਰ ਮੁੜ ਕੇ ਜੰਜੂ ਪਾ ਦਿਆਂਗੇ। ਔਰੰਗਜ਼ੇਬ ਨੇ ਆਖਿਆ ਆਰਤੀ ਦੇ ਅਸੀਂ ਗੁਰੂ ਜੀ ਥਾਲ ਤੁੜਵਾ ਦਿਆਂਗੇ। ਗੁਰਾਂ ਆਖਿਆ ਆਪਣੀ ਖੋਪਰੀ ਦਾ ਇੱਕ ਨਵਾਂ ਹੀ ਥਾਲ ਬਣਾ ਦਿਆਂਗੇ। ਔਰੰਗਜ਼ੇਬ ਨੇ ਆਖਿਆ ਵੇਖ ਲੈਣਾ ਅਸੀਂ ਕਰਕੇ ਕੰਮ ਵਿਖਾ ਦਿਆਂਗੇ। ਗੁਰਾਂ ਆਖਿਆ ਆਪਣਾ ਸੀਸ ਦੇ ਕੇ ਤੇਰੇ ਕੰਮ ਵਿੱਚ ਰੋੜਾ ਅਟਕਾ ਦਿਆਂਗੇ। ਅਸੀਂ ਤਾਂ ਹਮੇਸ਼ਾ ਦੂਸਰਿਆਂ ਲਈ ਜਾਣ ਦਿੰਦੇ ਰਹੇ। ਕਹਿਣ ਲੱਗੇ ਮੈਂ ਉਹਨਾਂ ਦਾ ਸਿੱਖ ਬਣਿਆ ਜਿਹੜੇ ਦੂਸਰਿਆਂ ਦਾ ਵੀ ਭਰੋਸਾ ਕਰਕੇ ਆਪਣਾ ਸਿਰ ਦੇ ਦਿੰਦੇ ਨੇ, ਘਰ ਦੇ ਦਿੰਦੇ ਨੇ, ਪਰਿਵਾਰ ਕੁਰਬਾਨ ਕਰ ਦਿੰਦੇ ਨੇ। ਇੱਕ ਤਾਂ ਕਮਾਲ ਘਟਨਾ ਘਟੀ ਕਿ ਮੁਸਲਮਾਨ ਵੀ ਸਿੱਖ ਬਣੇ ਆ, ਅਤੇ ਤੁਸੀਂ ਸਿੱਖ ਹੁੰਦੇ ਵੀ ਜੇ ਅੰਮ੍ਰਿਤਪਾਨ ਨਾ ਕਰੋ ਗੁਰੂ ਸਾਨੂੰ ਕੀ ਆਖੇਗਾ? ਉਹ ਕਹਿੰਦੇ ਨੇ ਮੈਂ ਤਾਂ ਚਾਹੁੰਦਾ ਤੇਰੇ ਪੁੱਤਰ ਵਿੱਚੋਂ ਮੈਂ ਆਪਣਾ ਅਜੀਤ ਸਿੰਘ ਵੇਖਾਂ ਕਿ ਮੇਰਾ ਅਜੀਤ ਸਿੰਘ ਤੁਰਿਆ ਆਉਂਦਾ। ਮੈਂ ਵੇਖਾਂ ਤੇਰਾ ਪੁੱਤਰ
ਸੱਚ ਇਹ ਹੈ ਕਿੰਨੇ ਗੁਰੂ ਖੁਸ਼ ਹੋਣਗੇ, ਬਾਣੇ ਚ ਆਏ ਕੋਈ ਸਿੱਖ ਬੱਚਾ, ਉਹ ਕਹਿਣਗੇ ਆ ਮੇਰਾ ਹੀ ਜੁਝਾਰ ਸਿੰਘ ਤੁਰਿਆ ਆਉਂਦਾ, ਆ ਮੇਰਾ ਜੋਰਾਵਰ ਸਿੰਘ ਤੁਰਿਆ ਆਉਂਦਾ, ਆ ਮੇਰਾ ਛੋਟਾ ਜਿਹਾ ਫਤਿਹ ਸਿੰਘ ਆ ਰਿਹਾ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਹੇ ਤੁਕਿਆ ਭਇਆ ਜੀਵਤ ਕਈ ਹਜ਼ਾਰ। ਕਹਿਣ ਲੱਗੇ ਤੁਹਾਡੇ ਚੋਂ ਆਪਣੇ ਬੱਚੇ ਵੇਖਾਂਗਾ, ਹੁਣ ਅਸੀਂ ਬੱਚੇ ਬਣੀਏ। ਇੱਕ ਤੇ ਮੁਸਲਮਾਨ ਉਹਨੇ ਸਮਝ ਲਿਆ, ਪਾਰਖੂ ਬਣ ਗਿਆ ਕਿ ਇਹ ਕੱਚਾ ਦਾਣਾ ਹੈ ਦੁਨੀਆ ਦਾ, ਇਹ ਸੱਚਾ ਦਾਣਾ ਹੈ, ਇਹ ਲੈ ਲਵਾਂ, ਸਿੱਖੀ ਸੱਚਾ ਦਾਣਾ ਹੈ, ਅੰਮ੍ਰਿਤ ਸੱਚਾ ਦਾਣਾ ਹੈ। ਪਾਰਖੂ ਸੀ। ਦੂਸਰੀ ਘਟਨਾ ਕੱਚੇ ਧਨ ਵਾਲੀ, ਬਰਾੜਾਂ ਨੇ ਸਤਿਗੁਰਾਂ ਦੇ ਘੋੜੇ ਦੀ ਵਾਗ ਫੜ ਲਈ, ਕਹਿਣ ਲੱਗੇ ਤਨਖਾਹਾਂ ਦਿਓ ਅੱਗੇ ਤਾਂ ਜਾਣ ਦਿਆਂ। ਦਸ਼ਮੇਸ਼ ਪਿਤਾ ਕਹਿਣ ਲੱਗੇ ਹੁਣ ਤੇ ਪੈਸੇ ਨਹੀਂ। ਕਹਿਣ ਲੱਗੇ ਨਹੀਂ ਜੀ, ਤੁਹਾਨੂੰ ਕੋਈ ਘਾਟ, ਤੁਸੀਂ ਤੇ ਗੁਰੂ ਹੋ, ਦਿਓ। ਕਹਿਣ ਲੱਗੇ ਅੱਗੇ ਆ ਜਾਓ। ਕਹਿਣ ਲੱਗੇ ਸਾਡੀ ਜੂਹ ਮੁੱਕ ਗਈ, ਅੱਗੇ ਸਾਡਾ ਜ਼ੋਰ ਨਹੀਂ ਚੱਲਣਾ, ਪੈਸੇ ਦਿਓ। ਖਲੋ ਗਏ ਸਤਿਗੁਰੂ, ਤੁਹਾਡੀ ਮਰਜ਼ੀ ਭਾਈ। ਬਰਸਾਤ ਆ ਗਏ, ਖਲੋਤੇ ਰਹੇ ਘੋੜੇ ਤੇ, ਬਰਸਾਤ ਥੰਮੀ ਤੇ ਇੱਕ ਸਿੱਖ ਆਇਆ, ਉਹਨੇ ਬੜਾ ਧਨ ਲਿਆ ਕਿ ਮੋਹਰਾਂ ਦਾ ਭਰਿਆ ਹੋਇਆ ਤੋੜਾ ਉਹ ਲੁੱਟ ਦਿੱਤਾ। ਲਓ ਮਹਾਰਾਜ, ਹੁਣ ਇਹਨਾਂ ਨੂੰ ਤਨਖਾਹਾਂ ਤੇ ਦਿੱਤੀਆਂ, ਤੇ ਜਾ ਕੇ ਨਾ ਕਹਿਣ ਲੱਗੇ ਗੁਰੂ ਕੋਲ ਹੋਰ ਵੀ ਪੈਸੇ ਹੈ, ਕੋਈ ਇਹ ਵੀ ਕਢਾਈਏ ਕਿਸੇ ਢੰਗ ਨਾਲ। ਜਦੋਂ ਹਵਸ਼ ਆ ਜਾਏ ਨਾ, ਅੰਦਰ ਲੋਭ ਆ ਜਾਏ, ਬੰਦਾ ਫਿਰ ਕੋਈ ਇਸ ਦਾ ਟਿਕਾਣਾ ਨਹੀਂ। ਖੁਦਾਇਆ, ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਹਵਸ਼ ਦਾ ਮਾਰਿਆ ਬੰਦਾ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਕਹਿਣ ਲੱਗੇ ਨੌਕਰ ਘਰ ਰੱਖ ਕੇ ਆਏ ਹਾਂ, ਉਹਨਾਂ ਨੂੰ ਦੇਣਾ ਉਹ ਵੀ ਦਿਓ। ਪਾਤਸ਼ਾਹ ਕਹਿਣ ਲੱਗੇ ਅੱਛਾ ਸਿੱਖੋ, ਇਹਨਾਂ ਦਾ ਇਮਾਨ ਪਰਖੀਏ। ਹੋਰ ਉਹਨਾਂ ਦੇ ਸਾਹਮਣੇ ਟੋਇਆ ਕੱਢ ਕੇ ਦੱਬ ਦਿੱਤੇ। ਕਹਿਣ ਲੱਗੇ ਬਾਕੀ ਇੱਥੇ ਰਹਿਣ ਦਿਓ। ਉਹ ਨਹੀਂ ਟਲੇ, ਰਾਤੀ ਆਏ ਅੱਧੀ ਰਾਤ ਕੇ, ਉਹ ਵੀ ਪੁੱਟ ਲਿਆਈਏ, ਉੱਥੋਂ ਕੱਖ ਵੀ ਨਾ ਮਿਲਿਆ, ਚਲੇ ਗਏ। ਮੈਂ ਅਰਜ਼ ਕਰ ਰਿਹਾ, ਇੱਕ ਪਾਸੇ ਦਾਣ ਸਿੰਘ ਨੂੰ ਆਖਿਆ, ਦਾਣ ਸਿੰਘ ਤੂੰ ਵੀ ਲੈ ਲੈ। ਕਹਿਣ ਲੱਗਾ ਦਾਤਿਆ, ਸਿੱਖੀ ਦੇ ਦਿੱਤੀ ਹੈ, ਬਸ ਇਸ ਵਰਗਾ ਦਾਣ ਹੋਰ ਕੋਈ ਨਹੀਂ। ਦਾਨੇ ਨੂੰ ਆਪਣਾ ਬਣਾ ਲਓ, ਦਾਣ ਸਿੰਘ ਬਣਿਆ, ਅੰਮ੍ਰਿਤ ਪਾਨ ਕੀਤਾ। ਮਰਜ ਕਰ ਰਿਹਾ ਸਾਂ, ਇੱਥੇ ਬੈਠੇ ਹੋ ਮੰਡੀ 'ਚ, ਸੰਸਾਰ ਵੀ ਇੱਕ ਮੰਡੀ, ਆਏ ਹਾਂ ਬਣਜਾਰੇ, ਖੁੱਲ੍ਹੇ ਹੱਟ ਹੋਵਾ ਵਪਾਰ, ਜੋ ਪਹੁੰਚੇ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ, ਸਾਡੇ ਹਰ ਕਰਮ 'ਤੇ ਨਿਸ਼ਾਨ ਪਾਈ ਜਾ ਰਿਹਾ, ਖੋਟਾ ਕਿ ਖਰਾ, ਪ੍ਰਮਾਣ ਕਿਹੜਾ, ਨਾਨਕ ਨਾਮ ਲਾਹਾ ਪ੍ਰਮਾਣ, ਘਰ ਆਏ ਵਜੀ ਵਧਾਈ। ਉਹ ਘਰ ਕਿਹੜਾ ਹੈ, ਜਿੱਥੇ ਪਰਮਾਤਮਾ ਬੈਠਾ ਹੈ, ਜਿੱਥੇ ਮਾਇਆ ਬੈਠੀ ਹੈ ਨਾ, ਉੱਥੇ ਤੇ ਜਿਹੜਾ ਤੁਰ ਗਿਆ, ਨਾ ਉਹਨੇ ਬਹਿਣਾ ਤੇ ਨਾ ਕਿਸੇ ਨੂੰ ਬੈਠਣ ਦੇਣਾ, ਪਰ ਜਿੱਥੇ ਰੱਬ ਬੈਠਾ ਉਹ ਹੈ ਸਾਡਾ ਘਰ। ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ, ਅਗਮ ਰੂਪ ਕਾ ਮਨ ਮੈਂ ਥਾਨਾ, ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ। ਘਰ ਆਏ ਅੰਤਰਿਆਤਮੇ ਟਿਕ ਗਏ, ਜਿੱਥੇ ਉਹ ਅਕਾਲੀ ਜੋਤ ਵਸਤੀ ਪਰਮਾਤਮਾ ਦੀ, ਉੱਥੇ ਪਹੁੰਚ ਗਏ। ਜਿਸ ਦੇ ਬਾਰੇ ਕਬੀਰ ਸਾਹਿਬ ਜੀ ਨੇ ਕਿਹਾ, ਕਹਿੰਦੇ ਨੇ ਮੈਂ ਇੱਕ ਟਿਕਾਣਾ ਲੱਭਾ, ਹੱਜ ਹਮਾਰੀ ਗੋਮਤੀ ਤੀਰ, ਜਹਾਂ ਬਸੇ ਪੀਤੰਬਰ ਪੀਰ। ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ, ਨਾਰਦ ਸਾਰਦ ਕਰਹਿ ਖਵਾਸੀ, ਪਾਸ ਬੈਠੀ ਬੀਬੀ ਕਮਲਾ ਦਾਸੀ, ਕੰਠੇ ਮਾਲਾ ਜਿਹਵਾ ਰਾਮ, ਸਹੰਸ ਨਾਮ ਲੇਲੇ ਕਰੂੰ ਸਲਾਮ, ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੋ ਸਮਝਾਮ। ਇੱਥੇ ਘਰ ਆਏ ਵਜੀ ਵਧਾਈ, ਸੱਚ ਨਾਮ ਕੀ ਮਿਲੀ ਵਡਿਆਈ, ਸੱਚੇ ਨਾਮ ਦੀ ਉਹਨਾਂ ਨੂੰ ਵਡਿਆਈ ਮਿਲ ਗਈ। ਇੱਕ ਮਿੰਟ ਤੁਹਾਡਾ ਲਵਾਂ, ਸਮਾਪਤੀ ਹੈ।
ਇੱਕ ਜੌਹਰੀ ਮਰ ਗਿਆ ਤੇ ਪੁੱਤਰ ਮਗਰ ਛੱਡ ਗਿਆ, ਜਵਾਨ ਹੋਇਆ, ਮਾਂ ਨੇ ਪੋਟਲੀ ਦਿੱਤੀ, ਬੇਟਾ ਹੀਰੇ ਨੇ, ਵੇਚ ਕੇ ਕੋਈ ਧੰਦਾ ਕਰ। ਚਾਚੇ ਕੋਲ ਗਿਆ, ਉਹ ਕਹਿਣ ਲੱਗਾ ਬੇਟਾ ਬਾਜ਼ਾਰ ਮੰਦਾ, ਜਰਾ ਠਹਿਰ ਜਾ, ਪਰ ਰੋਜ਼ ਦੁਕਾਨ 'ਤੇ ਆਇਆ ਕਰ। ਦੁਕਾਨ 'ਤੇ ਗਿਆ, ਚੰਦ ਦਿਨਾਂ 'ਚ ਪਾਰਖੂ ਬਣ ਗਿਆ। ਮਾਂ ਨੂੰ ਕਹਿਣ ਲੱਗਾ ਲਿਆ ਹੀਰੇ, ਜਦੋਂ ਲਿਆਂਦੇ ਵੇਖਿਆ ਸੁੱਟੇ ਉਹਨੇ ਕਚਰੇ 'ਚ, ਕਹਿਣ ਲੱਗਾ ਫਟਕ ਕਾਚੇ ਇਕੱਠਾ ਕੀਤਾ, ਹੀਰਾ ਤਾਂ ਇੱਕ ਵੀ ਨਹੀਂ ਇਹਦੇ ਵਿੱਚ। ਕਹਿਣ ਲੱਗਾ ਪੁੱਤਰ ਤੂੰ ਪਹਿਲੇ ਦਿਨ ਵੀ ਵੇਖੇ ਸਨ। ਕਹਿਣ ਲੱਗਾ ਉਦੋਂ ਅੱਖਾਂ ਨਹੀਂ ਸਨ ਕੋਲ, ਚਾਚੇ ਨੇ ਅੱਖਾਂ ਦੇ ਦਿੱਤੀਆਂ, ਪਾਰਖੂ ਬਣ ਗਿਆ। ਮੈਂ ਅਰਜ਼ ਕਰਾਂ, ਜਿਨ੍ਹਾਂ ਅਵਗਣਾਂ ਨੂੰ ਹੀਰੇ ਸਮਝ ਕੇ ਇਕੱਠਾ ਕੀਤਾ ਹੈ ਨਾ, ਗੁਰੂ ਨੇ ਜਿਸ ਦਿਨ ਅੱਖਾਂ ਜਿਸ ਨੂੰ ਦੇ ਦਿੱਤੀਆਂ, ਉਹ ਸਾਰੇ ਹੀ ਸੁੱਟ ਕੇ ਆਖੇਗਾ ਨਾਨਕ ਅਵਗਣ ਜਿੱਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇਵੀਰ। ਉਸੇ ਵੇਲੇ ਆਖੇਗਾ ਛੱਡੇ ਅਵਗਣ, ਲਿਆ ਦਾਤਿਆ, ਉਹ ਨਾਮ ਦੀ ਦਾਤ ਮੇਰੀ ਝੋਲੀ 'ਚ ਪਾ। ਮੈਂ ਅਰਜ਼ ਕੀਤੇ ਸੀ ਸੱਚ ਔਰ ਪ੍ਰੇਮ ਕੋਲ ਹੁਣ ਬੰਦਾ ਤਰੇਗਾ। ਸੱਚ ਵਾਸਤੇ ਉਹਨਾਂ ਗਿਆਨ ਦਿੱਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ, ਪ੍ਰੇਮ ਵਾਸਤੇ ਦਿੱਤੀ ਸੇਵਾ। ਪ੍ਰੇਮ ਤੋਂ ਬਿਨਾਂ ਕਿਸੇ ਦੇ ਜੋੜੇ ਨਹੀਂ ਝਾੜੇ ਜਾਂਦੇ, ਪ੍ਰੇਮ ਤੋਂ ਬਿਨਾਂ ਕਿਸੇ ਦੀ ਥਾਲੀ ਨਹੀਂ ਮਾਂਜੀ ਜਾਂਦੀ, ਪ੍ਰੇਮ ਤੋਂ ਬਿਨਾਂ ਸੇਵਾ ਹੋ ਹੀ ਨਹੀਂ ਸਕਦੀ। ਅਤੇ ਜਿੱਥੇ ਸੱਚ ਆ ਜਾਏ, ਸੱਚ ਹੈ ਰੱਬ, ਪਾਇਆ ਜਾਂਦਾ ਪ੍ਰੇਮ ਨਾਲ। ਸੰਸਾਰ ਦੀ ਮੰਡੀ 'ਚ ਆਏ ਹਾਂ, ਸੌਦਾ ਗਵਾ ਕੇ ਨਹੀਂ ਜਾਣਾ, ਸੌਦਾ ਚੰਗਾ ਲੈ ਕੇ ਜਾਣਾ। ਸੁਣ ਮੰਦੇ ਹਰ ਨਾਖੀਏ ਗੂੜਾ ਵਹਿਣੇ ਅਪਾਰ, ਪਹਿਲਾਂ ਵੱਧ ਸਜਾਣ ਕੇ ਤਉ ਕੀਚੇ ਵਪਾਰ। ਅੰਤ ਵਿੱਚ ਸਰਬੱਤ ਸੰਗਤਾਂ ਦਾ, ਇਹ ਸਿੱਖ ਸੇਵਾ ਵੈਲਫੇਅਰ ਸੁਸਾਇਟੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਭਾਈ ਨਿਰਮਲ ਸਿੰਘ ਹੋਰਾਂ ਦਾ ਧੰਨਵਾਦ, ਬੜਾ ਪਿਆਰ ਬਖਸ਼ਦੇ ਨੇ। ਸਰਬੱਤ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਅੰਤ ਵਿੱਚ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ, ਗੁਰੂ ਪੰਥ ਖਾਲਸਾ, ਸਰਬੱਤ ਦਾ ਧੰਨਵਾਦ। ਫੁੱਲਾਂ ਦੀ ਖਿਮਾ, ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।